ਰਿਹਾ ਇਹ ਸਭ ਸਰਕਾਰਾਂ ਝੂਠ ਬੋਲ ਰਹੀਆਂ ਵਾ। ਚੋਲੇ ਤੋਂ ਸਵਾ ਕੁਛ ਪਾਉਂਦਾ ਹੀ ਨਹੀਂ ਸੀ, ਨਾ ਉਹਨੇ ਕੋਈ ਘਰੋਂ ਟੀ ਸ਼ਰਟ ਖੜੀ, ਨਾ ਕੋਈ ਪੈਂਟ ਖੜੀ, ਚੋਲਾ ਹੀ ਉਹਦੇ ਨਾਲ ਸੀ, ਚੋਲਾ ਹੀ ਖੜਿਆ ਉਹਨੇ। ਇਹ ਸਭ ਝੂਠ ਗਮਰਾਹ ਕਰਨ ਡੇ ਲੋਕਾਂ ਨੂੰ, ਇਹਨਾਂ ਦੇ ਕੋਲ ਵਾ ਇਹ ਸੱਚ ਦੱਸ ਨਹੀਂ ਰਹੇ। ਉਹ ਕੱਪੜੇ ਨਹੀਂ ਬਦਲ ਸਕਦਾ, ਉਹ ਚੋਲਾ ਉਹਨੇ ਲਾਉਣਾ ਨਹੀਂ, ਉਹਨੇ ਪ੍ਰਣ ਕੀਤਾ ਸੀ ਮੈਂ ਚੋਲੇ 'ਚ ਵਾਂ ਤੇ ਚੋਲੇ 'ਚ ਹੀ ਰਹਿਣਾ। ਉਸ ਨੇ ਇੱਕ ਫੋਟੋਆਂ ਜਾਰੀ ਕੀਤੀਆਂ ਜਿਹਦੇ ਵਿੱਚ ਕਲੀਨ ਸ਼ੇਵ ਕਹਿੰਦੇ ਹੋਵੇ, ਉਹ ਵੀ ਇਤਲਾਹ ਕਰੋ ਪੁਲਿਸ ਨੂੰ। ਲੱਗਦਾ ਕਿ ਭਾਈ ਅੰਮ੍ਰਿਤਪਾਲ ਸਿੰਘ ਪੰਥ ਦੀ ਗੱਲ ਕਰਨ ਵਾਲੇ ਫਿਰ ਇਸ ਤਰ੍ਹਾਂ ਭੇਸ ਬਦਲ ਸਕਦੇ? ਕਦੀ ਨਹੀਂ, ਪੁਲਿਸ ਵਾਲੇ ਕੁਛ ਕਰ ਸਕਦੇ ਹੁਣ ਤੇ ਕਰਦੇ, ਹੁਣ ਤੇ ਉਸਦੀ ਗੱਲ ਉਹ ਨਹੀਂ ਕਦੀ ਵੀ ਇਸ ਕੰਮ 'ਤੇ ਆ ਸਕਦੇ। ਉਹਨਾਂ ਦੇ ਜਿਹੜੇ ਚਾਰ ਸਾਥੀ ਫੜੇ ਗਏ ਨਾ, ਉਹਨਾਂ ਨੇ ਦੱਸਿਆ ਕਿ ਉਹਨੇ ਵੀ ਕੱਪੜੇ ਲਾਏ ਉੱਥੋਂ, ਦੂਜੇ ਕੱਪੜੇ ਪਾ ਕੇ ਜਿਹੜਾ ਗੱਡੀ 'ਚੋਂ ਨਿਕਲ ਗਿਆ। ਸਭ ਅਫਵਾਹਾਂ, ਪੁਲਿਸ ਵਾਲੇ ਸਭ ਸਰਕਾਰਾਂ ਝੂਠ ਬੋਲ ਰਹੀਆਂ। ਇਹਨਾਂ ਦੇ ਕੋਲ ਅਰੈਸਟ ਕੀਤਾ ਵਾ, ਇਹਨਾਂ ਪਤਾ ਨਹੀਂ ਉਹਨੂੰ ਕਿਸ ਹਾਲ 'ਚ ਫੋਨ ਕੀਤਾ। ਸਾਨੂੰ ਇਹ ਸ਼ੱਕ ਆ ਕਿ ਇਹ ਪਤਾ ਨਹੀਂ ਸਾਡੇ ਬੱਚੇ ਨਾਲ ਕੀ ਕਰ ਸਕਦੇ। ਤੁਸੀਂ ਸਰ ਗੱਲਬਾਤ ਹੁੰਦੀ ਪਈ ਕਿ ਜਿਹੜੀ ਭਾਈ ਨਾ ਸਾਡੀ ਕੋਈ ਗੱਲ ਹੀ ਨਹੀਂ ਹੋਈ ਸਾਡੇ ਅਧਿਕਾਰੀਆਂ ਦੇ ਨਾਲ। ਤਰਸੇਮ ਜੀ ਚੰਡੀਗੜ੍ਹ ਗਏ ਹੋਏ, ਕੋਈ ਗੱਲ ਹੋਈ ਚੰਡੀਗੜ੍ਹ ਵਿਖੇ, ਕੋਈ ਗੱਲ ਹੋਈ ਉਹਨਾਂ ਦਾ? ਅਜੇ ਆਇਆ ਨਹੀਂ, ਆਉਣ ਡਿਆ ਹੈ ਅਜੇ, ਸਾਡੇ ਨੇ ਕੋਈ ਇਹਨਾਂ ਦਾ ਫੋਨ ਤੇ ਨਹੀਂ ਗੱਲ ਹੋਈ। ਤੁਸੀਂ ਹਾਈ ਕੋਰਟ 'ਚ ਰਿਟ ਪਾਈ ਇਹਦੇ ਬਾਰੇ? ਹਾਂਜੀ ਪਾਈ। ਸਰਕਾਰ ਕੋ ਕੀ ਮੰਗ ਕਰਦੇ ਵੈਸੇ? ਅਸੀਂ ਇਹੋ ਮੰਗ ਕਰਦੇ ਆ ਵੀ ਜਿੱਥੇ ਵੀ ਅਰੈਸਟ ਕੀਤਾ ਉਹਨੂੰ ਸ਼ੋਅ ਕਰੋ, ਨਾ ਉਹਦਾ ਕੋਈ ਪੇਸ ਬਦਲ ਕੇ ਸ਼ੋਅ ਕਰਨ, ਕਿਸੇ ਵੀ ਤਰੀਕੇ ਨਾਲ ਗਲਤ ਤਰੀਕੇ ਨਾਲ ਸ਼ੋਅ ਨਾ ਕਰਨ। ਇਹ ਇਲਜ਼ਾਮ ਲਾ ਰਹੇ ਉਹਦੇ ਤੇ, ਉਹਦਾ ਜਿਹੜਾ ਕਿਰਦਾਰ ਆ ਖਰਾਬ ਕਰਨਾ ਚਾਹੁੰ ਡਏ ਆ। ਉਹ ਏਦਾਂ ਕਦੀ ਨਹੀਂ ਹੋ ਸਕਦਾ ਕਿ ਉਹ ਆਪਣਾ ਇੱਕ ਵਾਲ ਵੀ ਪੁੰਝੇ ਨਹੀਂ ਡਿੱਗਣ ਦਿੰਦਾ, ਉਹ ਪੇਸ ਕਿੱਦਾਂ ਬਦਲ ਲੂ ਆਪਣਾ। ਪਰ ਹੁਣ ਜਿੱਦਾਂ ਪੁਲਿਸ ਦੇ ਵੱਲੋਂ ਪੀਸ ਕਿਹਾ ਗਿਆ ਕਿ ਸਰਪੰਚ ਦੇ ਘਰ, ਇੱਕ ਸਰਪੰਚ ਦੇ ਘਰ ਰੋਟੀ ਵੀ ਖਾਧੀ ਉਹਨੇ, ਝੂਠ ਬੋਲਦੇ ਕੁਛ ਵੀ ਕਹੀ ਜਾਣ, ਅੱਜ ਇਹਨਾਂ ਨੂੰ ਪਤਾ ਲੱਗਾ ਵੀ ਸਰਪੰਚ ਦੇ ਘਰ ਰੋਟੀ ਖਾਧੀ, ਚਾਰ ਦਿਨ ਇਹ ਗੱਲ ਹੋਗੇ। ਮੋਟਰਸਾਈਕਲ ਤੇ ਜਾਂਦੇ ਫੋਟੋ ਵਾਇਰਲ ਹੋਈਆਂ ਦੀ, ਮੋਟਰਸਾਈਕਲ ਜਾਂਦੇ ਹੋਰ ਵੀ ਕੱਪੜੇ ਰੱਖਦੀ ਸੀ ਕਿ ਸਿਰ ਚੋਲੇ ਹੁੰਦੇ ਸੀਗੇ? ਚੋਲੇ ਹੁੰਦੇ ਸੀ ਸਿਰਫ, ਉਹਦਾ ਕੋਈ ਹੋਰ ਕੱਪੜਾ ਹੀ ਨਹੀਂ ਹੈਗਾ। ਜੋ ਉਹਨੇ ਅੰਮ੍ਰਿਤ ਛਕਿਆ ਚੋਲਾ ਪਾਇਆ, ਉਹਨੇ ਦੁਬਾਰਾ ਕੋਈ ਪਜਾਮਾ ਕੁੜਤਾ ਨਹੀਂ ਪਾਇਆ, ਨਾ ਉਹਨੇ ਕੋਈ ਟੀ ਸ਼ਰਟ ਪਾਈ। ਮੋਟਰਸਾਈਕਲ ਜਾਂਦੇ ਫੋਟੋ ਵੀ ਵਾਇਰਲ ਹੋਈਆਂ ਨੇ। ਮੋਟਰਸਾਈਕਲ ਤੇ ਕਿੱਦਾਂ ਚੜ ਗਿਆ ਗੱਡੀ ਛੱਡ ਕੇ? ਮੋਟਰਸਾਈਕਲ ਕਿਹਨੇ ਦਿੱਤਾ ਤੁਹਾਨੂੰ? ਮੈਂ ਕਹਿੰਦੀ ਸਾਰੇ ਪੰਥ ਵਾਸਤੇ ਕੰਮ ਕਰ ਰਿਹਾ, ਉਹਦੀ ਕੋਈ ਨਿੱਜੀ ਲੜਾਈ ਨਹੀਂ, ਪੰਜਾਬ ਵਾਸਤੇ ਲੜਿਆ ਸੀ, ਹੁਣ ਸਾਰੇ ਪੰਥ ਦਾ ਹੀ ਆ, ਉਹ ਸਾਡਾ ਗੱਲਿਆਂ ਦਾ ਨਹੀਂ ਆ। ਤੇ ਸਾਰੇ ਪੰਥ ਨੂੰ ਮੇਰੀ ਅਪੀਲ ਆ ਵੀ ਇਕੱਠੇ ਹੋ ਕੇ ਉਹ ਭਾਈ ਸਾਹਿਬ ਦਾ ਸਾਥ ਦੇਣ ਤੇ ਦੱਸਣ ਵੀ ਉਹ ਕਿੱਥੇ ਆ। ਅੱਜ ਪੁਲਿਸ ਨੇ ਫਿਰ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਭਾਈ ਅੰਮ੍ਰਿਤਪਾਲ ਕੱਪੜੇ ਬਦਲ ਕੇ ਜਾ ਚੁੱਕੇ, ਦੇਖਿਆ ਗਿਆ ਫੇਸ ਬਦਲ ਕੇ। ਮੇਰਾ ਨਾਮ ਪਰਿੰਦਰ ਕੌਰ ਆ। ਇਹ ਸਭ ਸਰਕਾਰਾਂ ਝੂਠ ਬੋਲ ਰਹੀਆਂ ਵਾ। ਉਹ ਚੋਲੇ ਤੋਂ ਸਵਾ ਕੁਛ ਪਾਉਂਦਾ ਹੀ ਨਹੀਂ ਸੀ, ਨਾ ਉਹਨੇ ਕੋਈ ਘਰੋਂ ਟੀ ਸ਼ਰਟ ਖੜੀ, ਨਾ ਕੋਈ ਪੈਂਟ ਖੜੀ, ਚੋਲਾ ਹੀ ਉਹਦੇ ਨਾਲ ਸੀ, ਚੋਲਾ ਹੀ ਖੜਿਆ ਉਹਨੇ। ਇਹ ਸਭ ਝੂਠ ਗਮਰਾਹ ਕਰਨ ਡੇ ਲੋਕਾਂ ਨੂੰ, ਇਹਨਾਂ ਦੇ ਕੋਲ ਵਾ ਇਹ ਸੱਚ ਦੱਸ ਨਹੀਂ ਰਹੇ। ਉਹ ਕੱਪੜੇ ਨਹੀਂ ਬਦਲ ਸਕਦਾ, ਉਹ ਚੋਲਾ ਉਹਨੇ ਲਾਉਣਾ ਨਹੀਂ, ਉਹਨੇ ਪ੍ਰਣ ਕੀਤਾ ਸੀ ਮੈਂ ਚੋਲੇ 'ਚ ਵਾਂ ਤੇ ਚੋਲੇ 'ਚ ਹੀ ਰਹਿਣਾ। ਉਸ ਨੇ ਇੱਕ ਫੋਟੋਆਂ ਜਾਰੀ ਕੀਤੀਆਂ ਜਿਹਦੇ ਵਿੱਚ ਕਲੀਨ ਸ਼ੇਵ ਕਹਿੰਦੇ ਹੋਵੇ, ਉਹ ਵੀ ਇਤਲਾਹ ਕਰੋ ਪੁਲਿਸ ਨੂੰ। ਲੱਗਦਾ ਕਿ ਭਾਈ ਅੰਮ੍ਰਿਤਪਾਲ ਸਿੰਘ ਪੰਥ ਦੀ ਗੱਲ ਕਰਨ ਵਾਲੇ ਫਿਰ ਇਸ ਤਰ੍ਹਾਂ ਭੇਸ ਬਦਲ ਸਕਦੇ? ਕਦੀ ਨਹੀਂ, ਪੁਲਿਸ ਵਾਲੇ ਕੁਛ ਕਰ ਸਕਦੇ ਹੁਣ ਤੇ ਕਰਦੇ, ਹੁਣ ਤੇ ਉਸਦੀ ਗੱਲ ਉਹ ਨਹੀਂ ਕਦੀ ਵੀ ਇਸ ਕੰਮ 'ਤੇ ਆ ਸਕਦੇ। ਉਹਨਾਂ ਦੇ ਜਿਹੜੇ ਚਾਰ ਸਾਥੀ ਫੜੇ ਗਏ ਨਾ, ਉਹਨਾਂ ਨੇ ਦੱਸਿਆ ਕਿ ਉਹਨੇ ਵੀ ਕੱਪੜੇ ਲਾਏ ਉੱਥੋਂ, ਦੂਜੇ ਕੱਪੜੇ ਪਾ ਕੇ ਜਿਹੜਾ ਗੱਡੀ 'ਚੋਂ ਨਿਕਲ ਗਿਆ। ਸਭ ਅਫਵਾਹਾਂ, ਪੁਲਿਸ ਵਾਲੇ ਸਭ ਸਰਕਾਰਾਂ ਝੂਠ ਬੋਲ ਰਹੀਆਂ। ਇਹਨਾਂ ਦੇ ਕੋਲ ਅਰੈਸਟ ਕੀਤਾ ਵਾ, ਇਹਨਾਂ ਪਤਾ ਨਹੀਂ ਉਹਨੂੰ ਕਿਸ ਹਾਲ 'ਚ ਫੋਨ ਕੀਤਾ। ਸਾਨੂੰ ਇਹ ਸ਼ੱਕ ਆ ਕਿ ਇਹ ਪਤਾ ਨਹੀਂ ਸਾਡੇ ਬੱਚੇ ਨਾਲ ਕੀ ਕਰ ਸਕਦੇ। ਤੁਸੀਂ ਸਰ ਗੱਲਬਾਤ ਹੁੰਦੀ ਪਈ ਕਿ ਜਿਹੜੀ ਭਾਈ ਨਾ ਸਾਡੀ ਕੋਈ ਗੱਲ ਹੀ ਨਹੀਂ ਹੋਈ ਕੁਝ ਅਧਿਕਾਰੀਆਂ ਦੇ ਨਾਲ। ਤਰਸੇਮ ਜੀ ਚੰਡੀਗੜ੍ਹ ਗਏ ਹੋਏ, ਕੋਈ ਗੱਲ ਹੋਈ ਚੰਡੀਗੜ੍ਹ ਵਿਖੇ, ਕੋਈ ਗੱਲ ਹੋਈ ਉਹਨਾਂ ਦਾ? ਉਹਨਾਂ ਦਾ ਜੇ ਆਇਆ ਨਹੀਂ, ਆਉਣ ਡਿਆ ਹੈ ਅਜੇ, ਸਾਡੇ ਨੇ ਕੋਈ ਇਹਨਾਂ ਦਾ ਫੋਨ ਤੇ ਨਹੀਂ ਗੱਲ ਹੋਈ। ਤੁਸੀਂ ਹਾਈ ਕੋਰਟ 'ਚ ਰਿਟ ਪਾਈ ਇਹਦੇ ਬਾਰੇ? ਹਾਂਜੀ ਪਾਈ। ਸਰਕਾਰ ਕੋ ਕੀ ਮੰਗ ਕਰਦੇ ਵੈਸੇ? ਅਸੀਂ ਇਹੋ ਮੰਗ ਕਰਦੇ ਆ ਵੀ ਜਿੱਥੇ ਵੀ ਅਰੈਸਟ ਕੀਤਾ ਉਹਨੂੰ ਸ਼ੋਅ ਕਰੋ, ਨਾ ਉਹਦਾ ਕੋਈ ਪੇਸ ਬਦਲ ਕੇ ਸ਼ੋਅ ਕਰਨ, ਕਿਸੇ ਵੀ ਤਰੀਕੇ ਨਾਲ ਗਲਤ ਤਰੀਕੇ ਨਾਲ ਸ਼ੋਅ ਨਾ ਕਰਨ। ਇਹ ਇਲਜ਼ਾਮ ਲਾ ਰਹੇ ਉਹਦੇ ਤੇ, ਉਹਦਾ ਜਿਹੜਾ ਕਿਰਦਾਰ ਆ ਖਰਾਬ ਕਰਨਾ ਚਾਹੁੰ ਡਏ ਆ। ਉਹ ਏਦਾਂ ਕਦੀ ਨਹੀਂ ਹੋ ਸਕਦਾ ਕਿ ਉਹ ਆਪਣਾ ਇੱਕ ਵਾਲ ਵੀ ਪੁੰਝੇ ਨਹੀਂ ਡਿੱਗਣ ਦਿੰਦਾ, ਉਹ ਪੇਸ ਕਿੱਦਾਂ ਬਦਲ ਲੂ ਆਪਣਾ। ਪਰ ਹੁਣ ਜਿੱਦਾਂ ਪੁਲਿਸ ਦੇ ਵੱਲੋਂ ਪੀਸ ਕਿਹਾ ਗਿਆ ਕਿ ਸਰਪੰਚ ਦੇ ਘਰ, ਇੱਕ ਸਰਪੰਚ ਦੇ ਘਰ ਰੋਟੀ ਵੀ ਖਾਧੀ ਉਹਨੇ, ਝੂਠ ਬੋਲਦੇ ਕੁਛ ਵੀ ਕਹੀ ਜਾਣ, ਅੱਜ ਇਹਨਾਂ ਨੂੰ ਪਤਾ ਲੱਗਾ ਵੀ ਸਰਪੰਚ ਦੇ ਘਰ ਰੋਟੀ ਖਾਧੀ, ਚਾਰ ਦਿਨ ਇਹ ਗੱਲ ਹੋਗੇ। ਮੋਟਰਸਾਈਕਲ ਤੇ ਜਾਂਦੇ ਫੋਟੋ ਵਾਇਰਲ ਹੋਈਆਂ ਦੀ, ਮੋਟਰਸਾਈਕਲ ਜਾਂਦੇ ਹੋਰ ਵੀ ਕੱਪੜੇ ਰੱਖਦੀ ਸੀ ਕਿ ਸਿਰ ਚੋਲੇ ਹੁੰਦੇ ਸੀਗੇ? ਚੋਲੇ ਹੁੰਦੇ ਸੀ ਸਿਰਫ, ਉਹਦਾ ਕੋਈ ਹੋਰ ਕੱਪੜਾ ਹੀ ਨਹੀਂ ਹੈਗਾ। ਜੋ ਉਹਨੇ ਅੰਮ੍ਰਿਤ ਛਕਿਆ ਚੋਲਾ ਪਾਇਆ, ਉਹਨੇ ਦੁਬਾਰਾ ਕੋਈ ਪਜਾਮਾ ਕੁੜਤਾ ਨਹੀਂ ਪਾਇਆ, ਨਾ ਉਹਨੇ ਕੋਈ ਟੀ ਸ਼ਰਟ ਪਾਈ। ਮੋਟਰਸਾਈਕਲ ਜਾਂਦੇ ਫੋਟੋ ਵੀ ਵਾਇਰਲ ਹੋਈਆਂ ਦੀ, ਮੋਟਰਸਾਈਕਲ ਤੇ ਕਿੱਦਾਂ ਚੜ ਗਿਆ ਗੱਡੀ ਛੱਡ ਕੇ? ਮੋਟਰਸਾਈਕਲ ਕਿਹਨੇ ਦਿੱਤਾ ਤੁਹਾਨੂੰ? ਇਹ ਸਭ ਸਰਕਾਰਾਂ ਦਾ ਝੂਠ ਵਾ। ਤੇ ਇਹਨਾਂ ਨੂੰ ਕਹੋ ਵੀ ਜਿੱਦਾਂ ਵੀ ਹੋ ਸਕਦਾ ਇਹਨਾਂ ਨੂੰ ਇਹ ਸ਼ੋਅ ਕਰਨ ਵੀ ਸਾਡਾ ਬੱਚਾ ਕਿੱਥੇ ਅਰੈਸਟ ਕੀਤਾ ਇਹਨਾਂ ਨੇ, ਕਿਹੜੇ ਭੇਸ ਚ ਉਹਨੂੰ ਗਲਤ, ਕਿਸ ਭੇਸ ਚ ਉਹਨਾਂ ਉਹਦਾ ਕਿਰਦਾਰ ਖਰਾਬ ਨਾ ਕਰਨ। ਤੁਸੀਂ ਦੇ ਪਰਿਵਾਰ ਵੱਲੋਂ ਕਿਸੇ ਨੂੰ ਜਥੇਬੰਦੀ ਨੂੰ ਕੋਈ ਸੰਦੇਸ਼ਾ ਦਿੱਤਾ ਹੈ ਕੋਈ ਸਪੀਡ ਬਾਤ ਵਾਸਤੇ ਜੀ ਸਾਡੇ ਭੀੜ ਬਣੀ ਆ? ਮੈਂ ਕਹਿੰਦੀ ਵੀ ਸਾਰੇ ਉਹ ਪੰਥ ਵਾਸਤੇ ਕੰਮ ਕਰ ਰਿਹਾ, ਉਹਦੀ ਕੋਈ ਨਿੱਜੀ ਲੜਾਈ ਨਹੀਂ, ਪੰਜਾਬ ਵਾਸਤੇ ਲੜਿਆ ਸੀ, ਹੁਣ ਸਾਰੇ ਪੰਥ ਦਾ ਹੀ ਆ, ਉਹ ਸਾਡਾ